ਅੱਜ ਤੁਹਾਨੂੰ ਜਿਸ ਸਿੱਖ ਬਾਰੇ ਦੱਸਣ ਜਾ ਰਹੇ ਹਾਂ ਉਹਨਾਂ ਨਾਲ ਜੋ ਭਾਰਤੀ ਹਕੂਮਤ ਦੁਆਰਾ ਬੇਇਨਸਾਫੀ ਹੋਈ ਉਸ ਬਾਰੇ ਜਾਣ ਕੇ ਹਰ ਸਿੱਖ ਦਾ ਮਨ ਭਰ ਜਾਵੇਗਾ। ਦੋਸਤੋ, ਇਹ ਹਨ ਸਰਦਾਰ ਦਰਸ਼ਨ ਸਿੰਘ ਫੇਰੂਮਲ, ਜਿਨ੍ਹਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਵੀ ਖਾਸ ਯੋਗਦਾਨ ਸੀ ਅਤੇ ਸਿੱਖਾਂ ਵੱਲੋਂ ਚਲਾਏ ਹਰ ਅੰਦੋਲਨ ਵਿੱਚ ਵੀ ਸ਼ਮੂਲੀਅਤ ਸੀ। ਪਰ ਉਹਨਾਂ ਦੀ ਸ਼ਹਾਦਤ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਹਨਾਂ ਹਰਿਆਣੇ ਨੂੰ ਦਿੱਤੇ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਮੰਗ ਲਈ ਭੁੱਖ ਹੜਤਾਲ ਕੀਤੀ ਸੀ, ਪਰ ਹਕੂਮਤ ਨੇ ਉਹਨਾਂ ਦੀ ਆਵਾਜ਼ ਦਬਾਉਣ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਉਹਨਾਂ ਨੇ 15 ਅਗਸਤ 1969 ਨੂੰ ਜੇਲ੍ਹ ਅੰਦਰ ਮਰਨ ਵਰਤੇ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਬੋਲ ਪਗਾਉਂਦੇ ਹੋਏ ਭੁੱਖ ਹੜਤਾਲ ਦੇ 94ਵੇਂ ਦਿਨ 27 ਅਕਤੂਬਰ 1969 ਨੂੰ ਪ੍ਰਾਣ ਤਿਆਗ ਦਿੱਤੇ। ਦੇਸ਼ ਦੀ ਆਜ਼ਾਦੀ ਲਈ ਯੂਜਣ ਵਾਲੇ ਉਸ ਸਿੰਘ ਨੂੰ ਆਜ਼ਾਦ ਦੇਸ਼ ਵਿੱਚ ਹੱਕ ਮੰਗਣ ਲਈ ਵੀ ਜਾਨ ਦੇਣੀ ਪਈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਤੱਕ ਇਹ ਜਾਣਕਾਰੀ ਪਹੁੰਚ ਸਕੇ।